ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਗੁਰਾਇਆ ਸਮਾਜ ਸੇਵੀ ਸੰਸਥਾ ਵੱਲੋਂ ਨਗਰ ਪੰਚਾਇਤ ਗੁਰਾਇਆ ਸਾਬਕਾ ਪ੍ਰਧਾਨ ਚਰਨਦਾਸ ਹੀਰ ਜੀ ਦੀ ਤੀਜੀ ਵਰਸੀ ਤੇ ਸਤਲੁਜ ਕੁਸ਼ਟ ਆਸ਼ਰਮ ਫਲੋਰ ਵਿਖੇ ਲੋੜਵੰਦਾਂ ਨੂੰ ਕੱਪੜੇ ਤੇ ਜ਼ਰੂਰਤ ਦਾ ਸਮਾਨ ਵੰਡਿਆ ਗਿਆ। ਇਸ ਮੌਕੇ ਗੁਰਾਇਆ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਸੰਜੀਵ ਹੀਰ ਨੇ ਕਿਹਾ ਕਿ ਉਹਨਾਂ ਨੇ ਅੱਜ ਆਪਣੇ ਪਿਤਾ ਜੀ ਦੀ ਯਾਦ ਵਿੱਚ ਇਹ ਉਪਰਾਲਾ ਕੀਤਾ ਹੈ, ਕਿਉਂਕਿ ਉਹਨਾਂ ਦੇ ਪਿਤਾ ਚਰਨਦਾਸ ਹੀਰ ਜੀ ਵੀ ਇੱਕ ਸਮਾਜ ਸੇਵੀ ਸਨ। ਉਹਨਾਂ ਦੇ ਸਮਾਜ ਪ੍ਰਤੀ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਸਮਾਜ ਸੇਵੀ ਸੰਸਥਾ ਦੇ ਵਾਈਸ ਪ੍ਰਧਾਨ ਹਰਮਿੰਦਰਪਾਲ ਸੋਨੂੰ ਨੇ ਕਿਹਾ ਕਿ ਸਮੇਂ ਸਮੇਂ ਤੇ ਗੁਰਾਇਆ ਸਮਾਜ ਸੇਵੀ ਸੰਸਥਾ ਇਹੋ ਜਿਹੇ ਸਮਾਜ ਸੇਵੀ ਕੰਮ ਕਰਦੀ ਰਹਿੰਦੀ ਹੈ। ਹੋਰ ਵੀ ਕੋਈ ਕਿਸੇ ਪੱਖੋਂ ਲੋੜਵੰਦ ਹੋਵੇ ਤਾਂ ਸੰਸਥਾ ਵੱਲੋਂ ਉਸ ਦੀ ਮਦਦ ਕੀਤੀ ਜਾਵੇਗੀ। ਇਸ ਮੌਕੇ ਗੁਰਮੇਜ਼ ਕੌਰ, ਸੁਨੀਤਾ ਰਾਣੀ, ਰਾਜਕੁਮਾਰ, ਜੈਸਮੀਨ ਹੀਰ, ਕੁਲਦੀਪ ਕੁਮਾਰ, ਜਗਦੀਸ਼ ਕੁਮਾਰ, ਸਾਗਰ ਹੀਰ, ਜੈਸਮੀਨ ਹੀਰ ਤੇ ਕੁਸ਼ਟ ਆਸ਼ਰਮ ਦੇ ਮੈਂਬਰ ਮੌਜੂਦ ਸਨ। ਅੱਜ ਸਤਲੁਜ ਕੁਸ਼ਟ ਆਸ਼ਰਮ ਫਲੋਰ ਵਿਖੇ ਅੱਜ ਗੁਰਾਇਆ ਸਮਾਜ ਸੇਵਾ ਸੰਸਥਾ ਵੱਲੋਂ ਅੱਜ ਇੱਥੇ ਅਸੀਂ ਮੈਂ ਆਪਣੇ ਸਵਰਗੀ ਚੌਧਰੀ ਚਰਨਦਾਸ ਸੀ ਗੁਰਾਇਆ ਉਹਨਾਂ ਦੀ ਅੱਜ ਬਰਸੀ ਅਤੇ ਤੀਸਰੀ ਬਰਸੀ ਅਤੇ ਅੱਜ ਜਿਹੜਾ ਅਸੀਂ ਸਾਰਿਆਂ ਨੇ ਫੈਮਿਲੀ ਦੇ ਨਾਲ ਜਿਹੜਾ ਅੱਜ ਦਾ ਦਿਨ ਹੈ ਅਸੀਂ ਕੁਸ਼ਟ ਆਸ਼ਰਮ ਫਲੋਰ ਵਿਖੇ ਅਸੀਂ ਅੱਜ ਆਪਣੇ ਲੋੜਵੰਦ ਜਿਹੜੇ ਸਾਡੇ ਇੱਥੇ ਬਜ਼ੁਰਗ ਬੀਬੀਆਂ ਭੈਣਾਂ ਬੱਚੇ ਇੱਥੇ ਹੈਗੇ ਆ ਉਹਨਾਂ ਦੇ ਨਾਲ ਅਸੀਂ ਇੱਥੇ ਅੱਜ ਆ ਕੇ ਅਸੀਂ ਜਿਹੜਾ ਇਹ ਅੱਜ ਦਾ ਜਿਹੜਾ ਦਿਨ ਹੈ ਇਹਨਾਂ ਦੇ ਨਾਲ ਅਸੀਂ ਸਾਂਝਾ ਕੀਤਾ। ਕਿਉਂਕਿ ਇਹ ਜਿਹੜਾ ਸਾਡਾ ਇਹ ਵੀ ਪਰਿਵਾਰ ਆ, ਇੱਕ ਬੱਚੇ ਬਜ਼ੁਰਗ ਸਿਆਣੇ, ਅਤੇ ਅਸੀਂ ਚਾਹਿਆ ਕਿ ਅਸੀਂ ਜਿਹੜਾ ਹੈਗਾ ਇਹਨਾਂ ਦੇ ਨਾਲ ਆ ਕੇ ਦਿਨ ਜਿਹੜਾ ਇਹ ਅੱਜ ਦਾ ਬਿਤਾਈਏ। ਸਪੈਸ਼ਲ ਤੌਰ 'ਤੇ ਲੁਧਿਆਣੇ ਤੋਂ ਮੇਰੇ ਸਿਸਟਰ ਸੁਨੀਤਾ ਰਾਣੀ ਜੀ, ਭਾਜੀ ਹੋਣੀ ਰਾਜਕੁਮਾਰ ਜੀ, ਇਹਨਾਂ ਦੀ ਫੈਮਿਲੀ, ਮੇਰੀ ਫੈਮਿਲੀ, ਮੰਮੀ ਸਾਰੇ ਆਏ ਹੋਏ ਆ। ਅਤੇ ਮੈਂ ਗੁਰਾਇਆ ਸਮਾਜ ਸੇਵਾ ਸੰਸਥਾ ਵੱਲੋਂ ਵੀ ਇਹੀ ਅਪੀਲ ਬੇਨਤੀ ਸਾਰਿਆਂ ਨੂੰ ਕਰਨੀ ਚਾਹੁੰਦਾ ਕਿ ਜੋ ਵੀ ਆਪਾਂ ਦਿਨ ਤਿਉਹਾਰ ਮਨਾਉਂਦੇ ਆ ਇਹਨਾਂ ਲੋੜਵੰਦ ਵਿਅਕਤੀਆਂ ਦੇ ਨਾਲ ਆਪਾਂ ਇੱਦਾਂ ਦੇ ਪ੍ਰੋਗਰਾਮ ਸਾਰੇ ਸਾਂਝੇ ਕਰੀਏ ਤਾਂ ਜੋ ਕਿ ਇਹਨਾਂ ਨੂੰ ਵੀ ਜਿਹੜੇ ਆ ਕਿਸੇ ਤਰ੍ਹਾਂ ਦੀ ਕੋਈ ਕਮੀ ਮਹਿਸੂਸ ਨਾ ਹੋਵੇ। ਕਿਉਂਕਿ ਇਹ ਵੀ ਇੱਕ ਸਾਡਾ ਇੱਕ ਪਰਿਵਾਰ ਆ, ਅਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਆਪਾਂ ਰਲ ਮਿਲ ਕੇ ਜਿਹੜੇ ਇੱਦਾਂ ਦੇ ਦਿਨ ਤਿਉਹਾਰ ਕੋਈ ਵੀ ਆਪਾਂ ਇੱਥੇ ਅੱਜ ਅਸੀਂ ਰਾਸ਼ਨ ਲੈ ਕੇ ਆਏ ਆ, ਕੱਪੜਾ ਇਹਨਾਂ ਨੂੰ ਜਿਹੜਾ ਹੈਗਾ ਲੋੜਵੰਦ ਅਸੀਂ ਕੱਪੜਾ ਦਿੱਤਾ, ਔਰ ਜਿੱਦਾਂ ਦੀਆਂ ਕੋਈ ਜ਼ਰੂਰਤਾਂ ਸੀਗੀਆਂ ਇਹਨਾਂ ਨੂੰ ਅਸੀਂ ਜਿੰਨੇ ਜੋਗੇ ਵੀ ਸੀ ਸੰਸਥਾ ਵੱਲੋਂ ਆਪਣੀ ਫੈਮਿਲੀ ਵੱਲੋਂ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਆ। ਅਤੇ ਮੈਂ ਇਹੀ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਕਿ ਪਰਮਾਤਮਾ ਇਹਨਾਂ 'ਤੇ ਵੀ ਆਪਣਾ ਮਿਹਰ ਭਰਿਆ ਹੱਥ ਰੱਖਣ, ਔਰ ਸਾਡੀ ਗੁਰਾਇਆ ਸਮਾਜ ਸੇਵਾ ਸੰਸਥਾ 'ਤੇ ਵੀ ਔਰ ਮੇਰੀ ਫੈਮਿਲੀ 'ਤੇ ਵੀ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖਣ, ਔਰ ਅਗਾਂਹ ਵੀ ਅਸੀਂ ਜਿਹੜਾ ਇੱਦਾਂ ਹੀ ਸਮਾਜ ਸੇਵਾ ਦੇ ਕੰਮ ਵੱਧ ਚੜ੍ਹ ਕੇ ਕਰੀਏ ਜੀ। ਧੰਨਵਾਦ ਬਹੁਤ। ਅੱਜ ਗੁਰਾਇਆ ਸਮਾਜ ਸੇਵਾ ਸੰਸਥਾ ਗੁਰਾਇਆ ਵੱਲੋਂ ਚੌਧਰੀ ਚਰਨਦਾਸ ਵੀਰ ਜੀ ਦੀ ਤੀਸਰੀ ਸਾਲਾਨਾ ਬਰਸੀ 'ਤੇ ਸਤਲੁਜ ਕੁਸ਼ਟ ਆਸ਼ਰਮ ਵਿਖੇ ਜਿਹੜਾ ਜ਼ਰੂਰਤਮੰਦ ਲੋਕਾਂ ਨੂੰ ਉਹਨਾਂ ਨੂੰ ਰਾਸ਼ਨ ਕੱਪੜੇ ਵਗੈਰਾ ਵੰਡੇ ਗਏ। ਮੈਂ ਸਾਰੀ ਸੰਸਥਾ ਅੱਗੇ ਬੇਨਤੀ ਕਰਦਾ ਹਾਂ ਕਿ ਆਪਣੇ ਘਰ ਵਿੱਚ ਕੋਈ ਵੀ ਦੁੱਖ ਸੁੱਖ ਦਾ ਦਿਨ ਆ ਆਪਾਂ ਰਲ ਕੇ ਇਹਨਾਂ ਦੇ ਨਾਲ ਮਨਾਈਏ, ਤਾਂ ਜੋ ਇਹਨਾਂ ਇਹ ਜਿਹੜੇ ਲੋਕ ਹੈ ਇਹ ਸਾਡੀ ਜ਼ਿੰਮੇਵਾਰੀ ਆ, ਇਹ ਕਿਸੇ 'ਤੇ ਬੋਝ ਨਾ ਬਣਨ, ਸਾਡੀ ਜ਼ਿੰਮੇਵਾਰੀ ਆ। ਅਸੀਂ ਰਲ ਮਿਲ ਕੇ ਇਸ ਜ਼ਿੰਮੇਵਾਰੀ ਨੂੰ ਸਾਹਮਣੇ ਇਹਨਾਂ ਨੇ ਪਾਈਏ, ਔਰ ਇਹਨਾਂ ਨੂੰ ਵੀ ਆਪਾਂ ਜਿਹੜੇ ਸਮਾਜ ਵਿੱਚ ਆ ਉਹ ਖੜ੍ਹੇ ਹੋਣ ਦਾ ਜਿਹੜਾ ਉਹਨਾਂ ਨੂੰ ਮੌਕਾ ਦੇਈਏ। ਔਰ ਬੇਨਤੀ ਕਰਦਾ ਸਾਰਿਆਂ ਨੂੰ, ਸਾਰੇ ਜਣੇ ਵੱਧ ਚੜ੍ਹ ਕੇ, ਆਪਣੇ ਇੱਥੇ ਬਹੁਤ ਸਾਰੇ ਹੈਗੇ ਆ ਕੁਸ਼ਟ ਆਸ਼ਰਮ ਆ, ਅਨਾਥ ਆਸ਼ਰਮ ਆ, ਜਿੱਥੇ ਵੀ ਤੁਹਾਡੇ ਘਰ ਵਿੱਚ ਕੋਈ ਵੀ ਪ੍ਰੋਗਰਾਮ ਆ ਉੱਥੇ ਪਹੁੰਚ ਕੇ ਲੋੜਵੰਦ ਵਿਅਕਤੀਆਂ ਨੂੰ, ਲੋੜਵੰਦ ਲੋਕਾਂ ਨੂੰ ਉਹਨਾਂ ਦੀ ਲੋੜਵੰਦ ਸਮੱਗਰੀ ਦਿੱਤੀ ਜਾਵੇ। ਪੁਰਜ਼ੋਰ ਅਪੀਲ ਆ ਗੁਰਾਇਆ ਸਮਾਜ ਸੇਵਾ ਸੰਸਥਾ ਵੱਲੋਂ ਇੱਥੇ ਆਏ ਹੋਏ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਆ। ਧੰਨਵਾਦ।